ਚਾਰ ਲੁਟੇਰਿਆਂ ਦੇ ਨਾਲ ਕੱਲਾ ਭਿੜਖਿਆ ਦੁਕਾਨਦਾਰ, ਇਸ ਦੀ ਬਹਾਦਰੀ ਨੂੰ ਕਰੋ ਸਲਾਮ। ਦੁਕਾਨ ਨੂੰ ਸ਼ਟਰ ਲਗਾ ਅੰਦਰ ਬੰਦ ਕਰਤੇ ਚਾਰ ਲੁਟੇਰੇ। HD CCTV ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਰੋਪੜ ਦੇ ਨੂਰਪੁਰ ਬੇਦੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਦੁਕਾਨ ਦੇ ਵਿੱਚ 50 ਰੁਪਏ ਲੈ ਕੇ ਪਹਿਲਾਂ ਇੱਕ ਲੁਟੇਰਾ ਵੜਦਾ ਏ, ਮੂੰਹ ਸਿਰ ਉਸਦਾ ਟਕਿਆ ਹੁੰਦਾ ਏ, 50 ਰੁਪਏ ਕਾਊਂਟਰ ਤੇ ਛੱਡ ਕੇ ਵਾਪਸ ਚਲ ਜਾਂਦਾ ਏ। ਬਾਅਦ ਦੇ ਵਿੱਚ ਉਹ ਆਪਣੇ ਸਾਥੀਆਂ ਨੂੰ ਇਸ਼ਾਰਾ ਕਰਦਾ ਹੈ। ਇਸ਼ਾਰੇ ਤੋਂ ਬਾਅਦ ਇਸ ਲੁਟੇਰੇ ਦੇ ਸਾਥੀ ਇਸ ਦੁਕਾਨ ਦੇ ਵਿੱਚ ਆ ਜਾਂਦੇ ਨੇ ਅਤੇ ਉਸ ਦੁਕਾਨਦਾਰ ਤੇ ਹਮਲਾ ਕਰ ਦਿੰਦੇ ਨੇ। ਤਾਂ ਦੁਕਾਨਦਾਰ ਵੀ ਅੱਗੋਂ ਹਾਰ ਨਹੀਂ ਮੰਨਦਾ, ਦੁਕਾਨਦਾਰ ਵੀ ਉਹਨਾਂ ਦੇ ਨਾਲ ਦੋ ਦੋ ਹੱਥ ਕਰ ਲੈਂਦਾ ਹੈ ਅਤੇ ਧੱਕੇ ਧੁੱਕੇ ਮਾਰ ਕੇ ਉਹਨਾਂ ਨੂੰ ਦੁਕਾਨ ਦੇ ਅੰਦਰ ਹੀ ਬੰਦ ਕਰ ਦਿੰਦਾ ਹੈ। ਦੇਖ ਸਕਦੇ ਹੋ ਕਿ ਪਹਿਲਾਂ ਲੁਟੇਰਿਆਂ ਦੇ ਵੱਲੋਂ ਸ਼ਟਰ ਬੰਦ ਕੀਤਾ ਗਿਆ, ਬਾਅਦ ਦੇ ਵਿੱਚ ਉਸ ਦੁਕਾਨਦਾਰ ਦੇ ਵੱਲੋਂ ਸ਼ਟਰ ਦੇ ਥੱਲੋਂ ਨਿਕਲ ਕੇ ਸ਼ਟਰ ਨੂੰ ਬਾਹਰੋਂ ਬੰਦ ਕਰ ਦਿੱਤਾ ਗਿਆ। ਤਾਂ ਵੱਡੀ ਵਾਰਦਾਤ ਹੋਣ ਤੋਂ ਬਚਾ ਲਈ ਹੈ। ਇਸ ਦੁਕਾਨਦਾਰ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਰੋਪੜ ਦੇ ਨੂਰਪੁਰ ਬੇਦੀ ਦੀਆਂ, ਜਿੱਥੇ ਅਚਾਨਕ ਦੁਕਾਨ ਦੇ ਵਿੱਚ ਚਾਰ ਲੁਟੇਰੇ ਵੜ ਜਾਂਦੇ ਨੇ, ਜਿਸ ਤੋਂ ਬਾਅਦ ਜਿਹੜਾ ਦੁਕਾਨਦਾਰ ਹੁੰਦਾ ਹੈ ਉਹ ਇਹਨਾਂ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕਰਦਾ ਹੈ। ਅਤੇ ਪੰਜਾਬ ਦੇ ਵਿੱਚ ਗੁੰਡਾ ਗਰਦੀ ਅਤੇ ਲੁੱਟਖੋ ਚਰਮ ਤੇ ਹੈ। ਤਾਂ ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ ਦੇ ਸਭ ਤੋਂ ਵੱਡੇ ਪਿੰਡ ਨੂਰਪੁਰ ਬੇਦੀ ਮੇਨ ਬੱਸ ਸਟੈਂਡ ਦੀ ਇਹ ਟੀ ਪੁਆਇੰਟ ਦੇ ਨੇੜੇ ਦੁਕਾਨ ਬਣੀ ਹੋਈ ਹੈ, ਕਿਰਾਨੇ ਦੀ ਦੁਕਾਨ ਹੈ। ਸਿਰਫ ਤੁਹਾਨੂੰ ਦੱਸ ਦਈਏ ਕਿ ਪੁਲਿਸ ਸਟੇਸ਼ਨ ਤੋਂ 100 ਕਦਮਾਂ ਦੀ ਦੂਰੀ ਤੇ ਇਹ ਦੁਕਾਨ ਹੈ। ਦੁਕਾਨ ਦਾ ਜਿਹੜਾ ਮਾਲਕ ਹੈ ਉਸਦਾ ਨਾਮ ਮਨੋਜ ਜੋਸ਼ੀ ਦੱਸਿਆ ਜਾ ਰਿਹਾ, ਜਿਸ ਤੇ 4 ਹਮਲਾਵਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਯੋਜਨਾ ਬਣਾ ਕੇ ਆਏ ਸਨ, ਪੂਰੀ ਪਲਾਨਿੰਗ ਦੇ ਨਾਲ ਆਏ ਸਨ ਇਹ ਚਾਰੇ ਲੁਟੇਰੇ। ਇਹਨਾਂ ਲੁਟੇਰਿਆਂ ਦੇ ਵਿੱਚੋਂ ਪਹਿਲਾਂ ਇੱਕ ਲੁਟੇਰਾ ਆਉਂਦਾ ਹੈ, ਜਿਸਦਾ ਮੂੰਹ ਹੱਥ ਸਿਰ ਜਿਹੜਾ ਟੱਕਿਆ ਹੋਇਆ ਹੈ, ਮੂੰਹ ਸਿਰ ਦੇਖ ਸਕਦੇ ਹੋ ਤੁਸੀਂ। ਅਤੇ ਉਸਦੇ ਹੱਥ ਦੇ ਵਿੱਚ 50 ਰੁਪਏ ਹੁੰਦੇ ਨੇ, ਉਹ ਕਾਊਂਟਰ ਤੇ 50 ਰੁਪਏ ਰੱਖ ਕੇ ਬਾਹਰ ਆਪਣੇ ਸਾਥੀਆਂ ਨੂੰ ਇਸ਼ਾਰਾ ਕਰਨ ਚੱਲ ਜਾਂਦਾ ਹੈ ਕਿ ਦੁਕਾਨ ਦੇ ਵਿੱਚ ਕੋਈ ਨਹੀਂ ਹੈ। ਤਾਂ ਫਿਰ ਉਹ ਚਾਰੇ ਦੇ ਚਾਰੇ, ਕੁੱਲ ਮਿਲਾ ਕੇ 4 ਦੇ 4 ਜਿਹੜੇ ਲੁਟੇਰੇ ਨੇ ਉਹ ਦੁਕਾਨ ਦੇ ਵਿੱਚ ਵੜ ਜਾਂਦੇ ਨੇ, ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਦੁਕਾਨਦਾਰ ਜਿਹੜਾ ਹੈ ਉਹ ਡੱਟ ਕੇ ਇਹਨਾਂ ਦਾ ਮੁਕਾਬਲਾ ਕਰਦਾ ਹੈ ਅਤੇ ਬਾਹਰ ਨਿਕਲ ਜਾਂਦਾ ਹੈ। ਪਰ ਫਿਰ ਵੀ ਜਾਂਦੇ ਜਾਂਦੇ ਲੁਟੇਰੇ ਦੁਕਾਨਦਾਰ ਦੇ ਸਿਰ ਦੇ ਵਿੱਚ ਵਾਰ ਕਰ ਦਿੰਦੇ ਨੇ ਦਾਤ ਦੇ ਨਾਲ, ਅਤੇ ਜਿਹੜੇ ਗੱਲੇ ਦੇ ਵਿੱਚ ਪੈਸੇ ਪਏ ਹੁੰਦੇ ਨੇ ਉਹ ਵੀ ਲੈ ਕੇ ਫਰਾਰ ਹੋ ਜਾਂਦੇ ਨੇ। ਪਰ ਦੁਕਾਨ ਦੇ ਵਿੱਚ ਲੱਗੇ ਹੋਏ ਇਸ HD ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਨੇ ਲੁੱਟ ਦੀਆਂ। ਤਾਂ ਦੇਖ ਸਕਦੇ ਹੋ ਕਿ ਕਿਵੇਂ ਇਕੱਲਾ ਦੁਕਾਨਦਾਰ ਨਾਲ ਚਾਰੇ ਲੁਟੇਰਿਆਂ ਦੇ ਨਾਲ ਭਿੜ ਗਿਆ। ਮੇਰੇ ਦੋਸਤ ਨੇ ਮਨੋਜ ਜੋਸ਼ੀ ਜੀ, ਬੀਤੀ ਰਾਤ ਇੱਕ ਬੜੀ ਜਿੱਦਾਂ ਕਹਿੰਦੇ ਆ ਕਾਇਰਾਨਾ ਹਰਕਤ ਵੀ ਕਹਿ ਲਈਏ, ਗੁੰਡਾ ਹਰਕਤ ਕਹਿ ਲਈਏ, 4 ਬੰਦਿਆਂ ਵੱਲੋਂ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਮੇਨ ਬੱਸ ਸਟੈਂਡ 'ਤੇ ਦੁਕਾਨ ਕਰ ਰਹੇ ਨੇ। ਉੱਥੇ ਇਹਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ 10:20 'ਤੇ, ਬੜੀ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਜਾਂਦਾ, ਡਾਟ ਵਗੈਰਾ ਮਾਰੇ ਜਾਂਦੇ ਆ। ਵੀ ਜੀ ਬਹਾਦਰੀ ਸੀ ਸਾਡੇ ਸਾਥੀ ਦੀ ਕਿ ਫੱਟੜ ਹੋਣ ਦੇ ਹਾਲਾਤਾਂ ਵਿੱਚ ਵੀ ਉਹਨਾਂ ਵੱਲੋਂ ਲਾਏ ਗਏ ਸ਼ਟਰ ਨੂੰ ਚੱਕ ਕੇ ਬਾਹਰ ਨਿਕਲ ਗਿਆ। ਮੈਂ ਇਸ ਪੂਰੇ ਮਾਮਲੇ ਵਿੱਚ DGP ਪੰਜਾਬ ਗੌਰਵ ਯਾਦਵ ਜੀ, SSP ਰੂਪਨਗਰ ਖੁਰਾਣਾ ਜੀ ਅਤੇ ਸਮੂਹ ਜਿੰਨੇ ਵੀ ਵਿੰਗ ਨੇ, ਬੇਸ਼ੱਕ CI ਸਟਾਫ ਰੂਪਨਗਰ ਹੈ, ਹੋਰ ਨੇ, ਇਹਨਾਂ ਦੇ ਇੱਦਾਂ ਦੇ ਜਿਹੜੇ ਸਮਾਜ ਵਿਰੋਧੀ ਅੰਸਰ ਹੈ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ। ਤੁਰੰਤ ਪ੍ਰਭਾਵ ਦੇ ਨਾਲ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਆਮ ਦੁਕਾਨਦਾਰ ਵਰਗ ਹੈ, ਵਪਾਰੀ ਵਰਗ ਹੈ, ਨਿਡਰ ਹੋ ਕੇ, ਨਿਰਭੀਕ ਹੋ ਕੇ ਆਪਣਾ ਕਾਰੋਬਾਰ ਕਰ ਸਕੇ। ਔਰ ਇਸ ਪੂਰੇ ਮਾਮਲੇ ਦੇ ਵਿੱਚ ਸਥਾਨਕ ਪ੍ਰਸ਼ਾਸਨ ਆਪਣੇ ਪੱਧਰ 'ਤੇ ਕਾਫੀ ਕਾਰਵਾਈ ਕਰ ਰਿਹਾ ਹੈ, ਕੁਛ ਸਮਾਚਾਰ ਵੀ ਪ੍ਰਾਪਤ ਹੋਏ ਹੈ।
ਪਰ ਇਹਨਾਂ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜੋ ਕਿ ਇੱਕ ਮਿਸਾਲ ਕਾਇਮ ਹੋਵੇ ਅਤੇ ਭਵਿੱਖ ਦੇ ਵਿੱਚ ਅਜਿਹੇ ਗੁੰਡਾ ਅਨਸਰ ਕਿਸੇ ਕਿਸਮ ਦੀ ਜਿਹੜੀ ਹੈ ਹਰਕਤ ਨਾ ਕਰ ਸਕਣ, ਔਰ ਇਹ ਆਪਣੀ ਜਿੱਦਾਂ ਕਹਿ ਲਓ ਬਹਾਦਰੀ ਅਤੇ ਆਪਣੀ ਕਿਸਮਤ ਦੇ ਨਾਲ ਬਚ ਗਿਆ। ਨਹੀਂ ਤਾਂ ਚਾਰ ਬੰਦਿਆਂ ਨੇ ਮਖੋਟੇ ਲਾਏ ਵੇ, ਮੂੰਹ ਬੰਨੇ ਵੇ। ਔਰ ਮੈਂ ਇਹ ਗੱਲ ਕਹੂੰਗਾ ਕਿ ਜਿਹੜੀ ਨਾਕਾਬੰਦੀਆਂ ਨੂੰ ਦਰੁਸਤ ਕੀਤਾ ਜਾਵੇ, ਜਿਹੜੇ ਇਸ ਤਰ੍ਹਾਂ ਦੇ ਨਾਲ ਮੂੰਹ ਢੱਕ ਕੇ ਸਮਾਜ ਵਿਰੋਧੀ ਅਨਸਰ ਘੁੰਮਦੇ ਆ, ਉਹਨਾਂ ਦੇ ਪਰਚੇ ਦਰਜ ਕੀਤੇ ਜਾਣ।